ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਵਸਾਈ ਗਏ ਪਵਿੱਤਰ ਨਗਰੀ ਤਰਨ ਤਾਰਨ ਅੱਜ ਸ਼ਰਾਬ ਦੇ ਠੇਕੇਦਾਰਾਂ ਦੁਆਰਾ ਸ਼ਹਿਰ ਦੇ ਕੋਨੇ ਕੋਨੇ ਚ ਖੁੱਲੇ ਗਏ ਠੇਕਿਆਂ ਕਾਰਨ ਨਸ਼ੇ ਦੀ ਨਗਰੀ ਬਣਦੀ ਜਾ ਰਹੀ ਹੈ। ਇੱਕ ਪਾਸੇ ਤਾਂ ਸਰਕਾਰ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਦਾਅਵੇ ਕਰ ਰਹੀ ਹੈ ਅਤੇ ਦੂਜੇ ਪਾਸੇ ਪ੍ਰਸ਼ਾਸਨ ਦੀ ਲਾਪਰਵਾਹੀ ਇੰਨੀ ਹੈ ਕਿ ਸੜਕਾਂ ਤੋਂ ਪ੍ਰਤੀ ਦਿਨ ਜ਼ਿਲ੍ਹਾ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਗੁਜ਼ਰਦੇ ਹਨ। ਉਹਨਾਂ ਸੜਕਾਂ ਦੇ ਆਸ ਪਾਸ ਹੀ ਖੁੱਲ੍ਹੇਆਮ ਸ਼ਰਾਬ ਦੇ ਨਜਾਇਜ਼ ਠੇਕੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਦੱਸ ਰਹੀ ਹੈ। ਮੁੱਖ ਮੰਤਰੀ ਕੈਪਟਨ ਨੇ ਜਿਸ ਸ਼ਹਿਰ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਕੀਤੇ ਸਨ, ਹੁਣ ਉਹੀ ਤਰਨ ਤਾਰਨ ਸ਼ਰਾਬ ਦੇ ਨਜਾਇਜ਼ ਕਾਰੋਬਾਰੀਆਂ ਦਾ ਵੱਡਾ ਵਿਕਾਸ ਬਣਦਾ ਜਾ ਰਿਹਾ ਹੈ। ਤਰਨ ਤਾਰਨ ਦੀ ਨਵੀਂ ਅਨਾਜ ਮੰਡੀ ਦੇ ਨੇੜੇ ਸਾਲਾਂ ਤੋਂ ਖੁੱਲ੍ਹੇ ਸ਼ਰਾਬ ਦੇ ਨਜਾਇਜ਼ ਠੇਕੇ ਖੁੱਲ੍ਹੇਆਮ ਸਰਕਾਰੀ ਆਦੇਸ਼ਾਂ ਦੀਆਂ ਧੱਜੀਆਂ ਉਡਾ ਰਹੇ ਹਨ। ਹਾਲਾਂਕਿ ਕਈ ਉੱਚ ਅਧਿਕਾਰੀ ਵੀ ਇਸ ਮੰਡੀ ਦਾ ਦੌਰਾ ਕਰ ਰਹੇ ਹਨ, ਪਰ ਅਨਾਜ ਮੰਡੀ ਚੋਂ ਖੁੱਲ੍ਹੇ ਇਸ ਠੇਕੇ ਨੂੰ ਬੰਦ ਕਰਵਾਉਣ ਦੀ ਕਿਸੇ ਦੀ ਵੀ ਹਿੰਮਤ ਨਹੀਂ ਹੋਈ। ਦੇਖੋ ਜੀ, ਪੰਜਾਬ ਦੇ ਵਿੱਚ ਜਦੋਂ ਦੀ ਵੀ ਕਾਂਗਰਸ ਦੀ ਸਰਕਾਰ ਬਣੀ ਆ ਅਤੇ ਚੋਣਾਂ ਦੇ ਦੌਰਾਨ ਜੋ ਕੈਪਟਨ ਸਾਹਿਬ ਨੇ ਜੋ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ, ਹੱਥ ਦੇ ਵਿੱਚ ਗੁਟਕਾ ਸਾਹਿਬ ਫੜ ਕੇ ਕਿ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਮੁਕਤ ਕਰ ਦੂੰਗਾ, ਪੰਜਾਬ ਵਿੱਚੋਂ ਨਸ਼ਾ ਖਤਮ ਕੀਤਾ ਗਿਆ, ਪਰ ਉਹਦੇ ਖਤਮ ਦੇ ਕੀ ਹੋਣਾ ਸੀ, ਬੰਦ ਕੀ ਹੋਣਾ ਸੀ, ਪਰ ਉਹ ਨਸ਼ੇ ਦੀ ਤਦਾਦ ਜਿਹੜੀ ਵੱਧ ਗਈ ਆ। ਤਰਨ ਤਾਰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਨਗਰੀ ਆ, ਜਿੱਥੇ ਠੇਕਿਆਂ ਦੇ ਮਤਲਬ ਕਿ ਕਹਿਣ ਤੋਂ ਭਾਵ ਵੀ ਠੇਕੇ ਜਿਹੜੇ ਆ ਵੱਧ ਗਏ ਆ, ਘਟਣ ਦੀ ਬਜਾਏ ਉਹਨਾਂ ਦੀ ਮਤਲਬ ਕਿ ਸ਼ਰੇਆਮ ਜਿਹੜਾ ਨਸ਼ਾ ਜਿਹੜਾ ਉਹ ਤਰਨ ਤਾਰਨ ਸ਼ਹਿਰ ਦੇ ਵਿੱਚ ਜਿਹੜਾ ਉਹ ਅੱਜ ਵਿਖ ਰਿਹਾ ਜੀ। ਬਿਲਕੁਲ ਜੀ, ਮੈਂ ਤਾਂ ਇਹ ਗੱਲ ਕਹਿ ਸਕਦਾ ਵੀ ਸਰਕਾਰ ਦਾ ਜੋ ਪ੍ਰਸ਼ਾਸਨ ਦਾ ਬਿਲਕੁਲ ਇਹਦੇ ਵਿੱਚ ਇਹ ਹੱਥ ਹੈਗਾ ਜੀ, ਇਹਦੇ ਜੋ ਸਾਡੀ ਜੋ ਪੰਜਾਬੀਅਤ ਦੀ ਨੌਜਵਾਨ ਆ ਇਹਨਾਂ ਨੂੰ ਬਚਾਇਆ ਜਾਵੇ ਤਾਂ ਹੀ ਬਚਾਇਆ ਜਾ ਸਕਦਾ ਜੀ, ਸਰਕਾਰ ਇਹ 'ਤੇ ਕੋਈ ਨਾ ਕੋਈ ਅਮਲ ਕਰੇ, ਪ੍ਰਸ਼ਾਸਨ ਅਮਲ ਕਰੇ। ਪ੍ਰਸ਼ਾਸਨ ਕੋਲ ਸਰਕਾਰ ਦੇ ਕੋਲੋਂ ਅਸੀਂ ਇਹੀ ਮੰਗ ਕਰਦੇ ਹਾਂ ਜੀ, ਜੋ ਪੰਜਾਬ ਦੇ ਵਿੱਚ ਜੋ ਇਹਨਾਂ ਵਾਅਦਾ ਕੀਤਾ ਸੀ ਉਹ ਪੂਰਾ ਕਰਨ, ਨਸ਼ਾ ਜਿਹੜਾ ਵਾ ਪੰਜਾਬ ਦੇ ਵਿੱਚ ਖਤਮ ਕਰਨ, ਤਾਂ ਹੀ ਸਾਡੇ ਜਿਹੜੇ ਵੀ ਨੌਜਵਾਨ ਜਿਹੜੇ ਵੀ ਇੱਥੋਂ ਨਸ਼ਾ ਤੋਂ ਬਹਿਰ ਹੋ ਸਕਦੇ ਬਚ ਸਕਦੇ। ਸਾਡੀ ਇਹੋ ਹੀ ਮੰਗ ਹੈ ਜੀ ਸਰਕਾਰ ਦੇ ਕੋਲੋਂ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਹਿਲਾਂ ਬਲ ਸਾਹਿਬ ਸਰਕਾਰ ਉਹਨਾਂ ਦਾਸਾ ਰਾਜ ਕੀਤਾ ਹੈ, ਪਰ ਉਹਨਾਂ ਨੇ ਜੋ ਵਾਅਦਾ ਕੀਤਾ ਸੀ ਪੂਰਾ ਵੀ ਕੀਤਾ ਸੀ, ਉੱਥੇ ਅਮਲ ਵੀ ਕੀਤਾ ਸੀ, ਗੌਰ ਵੀ ਕੀਤਾ ਸੀ, ਇਹਨਾਂ ਨੂੰ ਇਸੇ ਤਰ੍ਹਾਂ ਜੋ ਵਾਅਦਾ ਕੀਤਾ ਹੈ ਵਾਅਦਾ ਪੂਰਾ ਉੱਤੇ ਵਾਰਿਤ ਖਰੇ ਉਤਰਨ। ਤਰਨ ਤਾਰਨ ਤੋਂ ਅਮਨ ਮਨਚੰਦਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।